ਅੱਛਾ ਵੇ ਇੱਕ ਪੰਜਾਬੀ ਦੀ ਕਹਾਵਤ ਆ ਵੀ ਫਲਾਣਾ ਬੰਦਾ ਜਿਹੜਾ ਨਾ ਵੱਡੀ ਉਂਗਲੀ ਤੇ ਨਹੀਂ ਮੂਤਦਾ ਇਹ ਜਿਹੜੀ ਕਹਾਵਤ ਆ ਇਹ ਪੰਜਾਬੀ ਦੀ ਬਹੁਤ ਚੰਗੀ ਕਹਾਵਤ ਆ ਇਹ ਕੋਈ ਇਦਾਂ ਨਹੀਂ ਕਿ ਵੀ ਵੱਡੀ ਉਂਗਲੀ ਤੇ ਇੱਕ ਮਸਾਲਾ ਜਿਹਨੇ ਮੂਤਣਾ ਉਹਨੇ ਕੋਈ ਉਂਗਲੀ ਤੇ ਅੱਲਾ ਰਹਿਮ ਕਰੇ ਕਿਹੜਾ ਸਪਰੇਟ ਮੂਤਣਾ ਵੀ ਉਹਦੇ ਲੱਗਣ ਦੇ ਨਾਲ ਉਂਗਲੀ ਠੀਕ ਹੋਣੀ ਆ ਉਂਗਲੀ ਤੇ ਕੀ ਕਹਿੰਦੇ ਹੁੰਦੀ ਜਾਂ ਪਾਇਓਡੀਨ ਨਾ ਠੀਕ ਹੋਣੀਏ ਜਿਸਾ ਨਹੀਂ ਪਲਾਸਟ ਲਾਉਗਾ ਫੇਰੀ ਠੀਕ ਹੋਣੀਆ ਇਹ ਕਹਾਵਤ ਇੱਕ ਬਣੀ ਆ ਉਹਨਾਂ ਬੰਦਿਆਂ ਤੋਂ ਜਿਹੜੇ ਪਿੰਡਾਂ ਦੇ ਵਿੱਚ ਅਕਸਰ ਤੁਸੀਂ ਦੇਖ ਲਓ ਏਡੜੀਆਂ ਝਗੜਾਂ ਤੇ ਏਡੇ ਝੂਠਾ ਹੁੰਦੇ ਆ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਚ ਨਾ ਕਿਸੇ ਦੇ ਕੋਲ ਜਾ ਕੇ ਬੈਠੇ ਹੁੰਦੇ ਆ ਨਾ ਉਹਨਾਂ ਨੇ ਕਿਸੇ ਨੂੰ ਕੋਲੀ ਭਾਇਆ ਹੁੰਦਾ ਨਾ ਉਹ ਜ਼ਿੰਦਗੀ ਚ ਕਿਸੇ ਦੇ ਕੰਮ ਆਏ ਹੁੰਦੇ ਆ ਨਾ ਉਹਨਾਂ ਨੇ ਕਿਸੇ ਨੂੰ ਕੰਮ ਦਿੱਤਾ ਹੁੰਦਾ ਇਦਾਂ ਦੇ ਬੰਦੇ ਇਹਨਾਂ ਤੋਂ ਇਹ ਗੱਲ ਬਣੀ ਆ ਵੀ ਫਲਾਣਾ ਬੰਦਾ ਜਿਹੜਾ ਨਾ ਵੱਡੀ ਉਂਗਲੀ ਤੇ ਮੂਤਦਾ ਨੇ ਖੁਦਾ ਨਾ ਖਾਸਤਾ ਕਿ ਜੇ ਕਿਸੇ ਬੰਦੇ ਨੇ ਜਾ ਕੇ ਇਹ ਜਿਹੇ ਬੰਦੇ ਨੂੰ ਸਵਾਲ ਕਰ ਵੀ ਦਿੱਤਾ ਨਾ ਤੇ ਉਹਨਾਂ ਦਾ ਅੱਗੇ ਚਿੱਟਾ ਜਵਾਬ ਹੁੰਦਾ ਤੇ ਵੈਸੇ ਹੀ 90% ਬੰਦਿਆਂ ਦਾ ਇਹ ਜੇਨ ਹੁੰਦਾ ਵਾ ਵੀ ਯਾਰ ਇਹਨਾਂ ਨਾਲ ਉਹਨਾਂ ਜਾਇਓ ਇਹਨਾਂ ਨੇ ਕਿਹੜਾ ਅੱਗੇ ਕੋਈ ਝੱਜ ਦੀ ਗੱਲ ਕਰਨੀ ਏਸ ਕਰਕੇ ਨਾ ਇਦਾਂ ਦੇ ਬੰਦਿਆਂ ਤੋਂ ਇਹ ਗੱਲ ਬਣੀ ਸੀਗੀ ਬਾਕੀ ਜ਼ਿੰਦਗੀ ਜਿਹੜੀ ਆ ਨਾ ਇਦਾਂ ਦੀ ਨਹੀਂ ਹੋਣੀ ਚਾਹੀਦੀ ਵੀ ਇਹ ਮਿਸਾਲ ਲੱਗੇ ਜ਼ਿੰਦਗੀ ਇਦਾਂ ਦੀ ਹੋਣੀ ਚਾਹੀਦੀ ਆ ਬੰਦਾ ਜਿੰਨੀ ਜੋਗਾ ਹੋਵੇ ਕਿਸੇ ਦੇ ਕੰਮ ਆਵੇ ਕਿਸੇ ਦੇ ਥਾਂ ਖਲੋਵੇ ਕਿਸੇ ਦਾ ਕੋਈ ਫਾਇਦਾ ਕਰੇ ਜਿੰਨਾ ਕੁ ਹੋ ਸਕੇ ਤੇ ਫੇਰ ਹੀ ਜ਼ਿੰਦਗੀ ਹੁੰਦੀ ਆ ਕਿਉਂਕਿ ਵਕਤ ਤੇ ਹਾਲਾਤ ਇਦਾਂ ਦੇ ਆ ਵੀ ਦੁਨੀਆਦਾਰੀ ਦੇ ਵਿੱਚ ਰਹਿਣ ਵਾਸਤੇ ਨਾ ਤੁਸੀਂ ਲੋਕਾਂ ਦੇ ਕੰਮ ਆਉਣਾ ਵਾ ਲੋਕਾਂ ਦੇ ਕੋਲ ਬਹਿਣਾ ਖਲੋਣਾ ਵਾ ਤੇ ਲੋਕਾਂ ਨੇ ਤੁਹਾਡੇ ਕੋਲ ਬਹਿਣਾ ਖਲੋਣਾ ਵਾ ਕਿਉਂਕਿ ਹੁਣ ਤੇ ਮਿਜਤਾਂ ਜਿਹੜੀਆਂ ਜਾਂ ਜਨਾਜ਼ੇ ਜਿਹੜੇ ਆ ਉਹ ਵੀ ਮਤਲਬ ਤੱਕ ਰਹਿ ਗਏ ਆ ਤੇ ਫੇ ਇਦਾਂ ਦੇ ਬੰਦੇ ਜਿਹੜੇ ਆ ਉਹ ਤੇ ਬਿਲਕੁਲ ਹੀ ਤੁਸੀਂ ਹਿਸਾਬ ਲਾ ਲਓ ਇਸ ਗੱਲ ਦਾ ਵੀ ਇਹਨਾਂ ਦਾ ਇਹ ਹਾਲਾਤ ਹੁੰਦਾ ਵਾ ਉਹ ਜਿੱਦਾਂ ਕਿਸੇ ਨੇ ਕਿਹਾ ਸੀ ਨਾ ਵੀ ਨਾ ਇਹਦੇ ਜਿੰਦੇ ਦੀ ਖੁਸ਼ੀ ਨਾ ਇਹਦਾ ਮਰੇ ਦਾ ਕੰਮ ਇਦਾਂ ਵਧੀਆ ਕੰਮ ਹਣਾ ਬੜਾ ਜ਼ਬਰਦਸਤ